जिंदाबाद। सरकार जिंदाबाद। सरकार जिंदाबाद। सरकार जिंदाबाद। साडे हक ऐसे रख, साडे हक ऐसे रख। सरकार जिंदाबाद। सरकार जिंदाबाद। सरकार जिंदाबाद। सरकार दलाल मोदी मुर्दाबाद, मुर्दाबाद, मुर्दाबाद। केंद्र सरकार मुर्दाबाद, मुर्दाबाद, मुर्दाबाद। गांधी गांधी मुर्दाबाद, मुर्दाबाद, मुर्दाबाद। एकता जिंदाबाद, जिंदाबाद, जिंदाबाद। कारण यह है जी, तुहानू जिवें पता कि इत्थों दी एक अपने एक्सप्रैसवे दिल्ली कटरा एक्सप्रैसवे बन रही है, उहदे खिलाफ़ असीं यह धरना लाया हो कि धरना असीं तां लाया, एक तां सरकार साडे नाल ठगी मारनी चाहुंदी आ। जिहड़ी सरकार साडी ना जमीन जिहड़ी कौडियां दे भाअ जिहड़ी साडे कोल खोहण नूं फिरदी आ। असीं अपने हक्कां वास्ते धरना लाया, एक साडे किसान जथेबंदियां दिल्ली दे विच संघर्ष कर रही आ। पहलां 2 महीने तां पंजाब दे विच संघर्ष उहनां ने कीता, हुण अज 20 दिनां तों उपर हो गए दिल्ली बैठिआं नूं। जिन्ना चिर तक मोदी सरकार साडे किसानां दी जिहड़ी मंग आ ਉਹ ਸੁਣਦੀ ਨਹੀਂ, ਉਹਨੂੰ ਪੂਰੀ ਨਹੀਂ ਕਰਦੀ, ਉਹਨਾਂ ਚਿਰ ਤੱਕ ਅਸੀਂ ਆਪਣੀ ਜਿਹੜੀ ਜ਼ਮੀਨ ਆ ਉਹ ਆਪਣੀ ਰਿਕੁਆਇਰ ਨਹੀਂ ਹੋਣ ਦੇਣੀ। ਦੇਖੋ ਜੀ, ਮੇਨ ਤਾਂ ਸਾਡਾ ਜਿਹੜਾ ਹੈਗਾ ਖੇਤੀ ਕਾਨੂੰਨਾਂ ਦੇ ਅਗੇਂਸਟ, ਜਿਹੜਾ ਅਸੀਂ ਇਹ ਆਪਣਾ ਇੱਥੇ ਪ੍ਰੋਟੈਸਟ ਜਿਹੜਾ ਸਾਡਾ ਕਿਸਾਨਾਂ ਦੇ ਹੱਕ ਵਿੱਚ ਅਸੀਂ ਇੱਥੇ ਬੈਠੇ। ਦੇਖੋ ਜੀ, ਰੇਟ ਦੇ ਵਾਲੀ ਗੱਲ ਕੋਈ ਸਾਡੇ ਕੋਲ ਹਾਲੀ ਤੱਕ ਨਹੀਂ ਪਹੁੰਚੀ। ਰੇਟ ਸਰਕਾਰ ਸਾਡੇ ਨੇ ਤੁਹਾਨੂੰ ਦੱਸਿਆ ਵੀ ਠੱਗੀ ਮਾਰਨੀ ਚਾਹੁੰਦੀ ਆ, ਅਸੀਂ ਉਹ ਠੱਗੀ ਜਿਹੜੀ ਅਸੀਂ ਆਪਣੇ ਨਾਲ ਉਹ ਨਹੀਂ ਹੋਣ ਦੇਣੀ। ਸਰਵੇ ਟੀਮ ਸਾਡੇ ਰੋਕਣ ਦੇ ਬਾਵਜੂਦ SDM ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਅੱਜ ਤੋਂ ਅੱਗੇ 5 ਤਰੀਕ ਨੂੰ ਕਿ ਅੱਜ ਤੋਂ ਅੱਗੇ ਕੋਈ ਸਰਵੇ ਟੀਮ ਤੁਹਾਡੇ ਖੇਤਾਂ 'ਚ ਨਹੀਂ ਆਏਗੀ। ਉਹਨਾਂ ਦੇ ਰੋਕਣ, ਉਹਨਾਂ ਦੇ ਸਾਨੂੰ ਭਰੋਸਾ ਦੇਣ ਦੇ ਬਾਵਜੂਦ ਵੀ ਰੋਜ਼ ਕੋਈ ਨਾ ਕੋਈ ਸਰਵੇ ਟੀਮ ਆ ਰਹੀ ਆ। ਬਾਕੀ ਉਹਨਾਂ ਨੂੰ ਹੀ ਫੜ ਕੇ ਪਹਿਲਾਂ ਤਾਂ ਪੁਲਿਸ ਦੇ ਹਵਾਲੇ ਕਰ ਰਹੇ ਹਾਂ, ਜੇ ਉੱਧਰ ਨਹੀਂ ਫਿਰ ਅਸੀਂ ਇੱਥੇ ਆਪਣੇ ਕੋਲ ਭਾ ਰਹੇ ਉਹਨਾਂ ਨੂੰ। ਬਿਲਕੁਲ ਜੀ, ਜੇ ਕੋਈ ਕਿਸਾਨਾਂ ਦਾ ਜ਼ਿੰਮੇ ਵੇਖੋ, ਕੋਈ ਸਰਵੇ ਕਰਨ ਵਾਲੇ ਜੇ ਕੋਈ ਸਾਡੇ ਖੇਤਾਂ ਦੇ ਵਿੱਚ ਕੋਈ ਐਸੀ ਵੈਸੀ ਚੀਜ਼ ਸੁੱਟ ਦਿੰਦੇ ਆ, ਉਹ ਕਿਸਾਨ 'ਤੇ ਨਹੀਂ ਪੈਣੀ ਚਾਹੀਦੀ। ਉਹ ਜਿਹੜੇ ਸਰਵੇ ਟੀਮਾਂ ਨੇ ਉਹਨਾਂ ਦੇ ਉਹ ਜ਼ਿੰਮੇਵਾਰ ਉਹ ਹੋਣਗੇ। ਫਿਰ ਬਾਕੀ ਜੇ ਕੋਈ ਉਹਨਾਂ ਦਾ ਨੁਕਸਾਨ ਹੁੰਦਾ ਸਾਡੇ ਰੋਕਣ ਦੇ ਬਾਵਜੂਦ ਫਿਰ ਆ ਰਹੇ, ਉਹ ਜਿਹੜਾ ਪ੍ਰਸ਼ਾਸਨ ਉਹਦਾ ਜ਼ਿੰਮੇਵਾਰ ਹੋਊਗਾ ਜੇ ਕੋਈ ਉਹਨਾਂ ਦਾ ਨੁਕਸਾਨ ਹੋਇਆ ਤਾਂ। ਸੱਚ ਤੇ ਪੈਰਾ TV ਲਈ ਸਤਪਾਲ ਗਰਗ ਦੀ ਰਿਪੋਰਟ।